ਛੱਡ ਕੇ ਤੇ ਨਾਲ ਹੀ ਪਿੱਛਾ ਕੇ ਤੇ ਬਾਹਰ ਕੱਢ ਲਿਆ ਚੱਪਰ ਸੋ ਸੋਈ ਸੁਣਦੇ ਨਾਲ ਪਿੱਛਾ ਕੱਢਿਆ ਕੋਈ ਥੋੜੀ ਦੇ ਪਤਾ ਨਹੀਂ ਰਾਤ ਹੀ ਕੱਢਿਆ ਇਹਨੇ ਬੱਚਾ ਵੀ ਕਿਤੇ ਛੱਡਿਆ ਤੇ ਮੈਂ ਕੱਢਿਆ ਸੁੱਟਿਆ ਤੇ ਸੂਈ ਕਿਤੇ ਤੇ ਬੱਚਾ ਵੀ ਕੁੱਤੇ ਕੱਤੇ ਖਾ ਗਏ ਨੇ ਬੱਚਾ ਵੀ ਲੈ ਗਏ ਨੇ ਚੜਾਇਆ ਕਿਸੇ ਡਾਕਟਰ ਨੇ ਕਿਹਾ ਆਪ ਡਾਕਟਰ ਕੁਝ ਬਾ ਹਰੀ ਭੈਣ ਨਹੀਂ ਉਹ ਡਾਕਟਰ ਸ਼ਬੀਰ ਡਾਕਟਰ ਸ਼ਬੀਰ ਸ਼ਬੀਰ ਨੇ ਐ ਸਰ ਜੀ ਕੱਪੜਾ ਉਤਾਰੋ ਹੁੰਦਾ ਰਿਹਾ ਇੱਕ ਦਫ਼ਾ ਮੂੰਹ ਸ਼ੂ ਮਾਰਦੀ ਰਹੀ ਕੱਲ੍ਹ ਕੱਢਿਆ ਮੈਂ ਜੀ ਟੈਂਪਰੇਚਰ ਵੀ ਪਹਿਲੇ 100 ਤੇ ਆ ਫਿਰ ਕੈਰਾਸਿਨ ਲਾਇਆ 5 ਗ੍ਰਾਮ ਦੇ ਵਿੱਚ ਪਾ ਕੇ ਹੁਣ ਤਾਂ ਗਰਮ ਹੋ ਗਿਆ ਆਗੂ ਕਬਾਲੀ ਨਾਲ ਵੀ ਸਿਲ ਲਾਇਆ ਕੋ ਵੀ ਸੀ ਹੁਣ ਟੈਂਪਰੇਚਰ ਕੋਈ ਕਿਤੇ ਲੱਗ ਗਿਆ ਜਨੂੰ ਕੋਈ ਕਿਤੇ ਲੱਗ ਗਿਆ ਨਹੀਂ ਜਦੋਂ ਪਿੱਛਾ ਚੜਾਇਆ ਤੁਸੀਂ ਆਪ ਹੈਗੇ ਸੀ ਚਾਚਾ ਜੀ ਕੋਲ ਤੇ ਬਲੱਡ ਬਲੂਡ ਕਿੰਨਾ ਕੁ ਆਇਆ ਹੋਇਆ ਕੋਈ ਨਹੀਂ ਬਲੱਡ ਪਿੱਛੇ ਤੋਂ ਪਹਿਲੇ ਜਦੋਂ ਮਾਜ ਨੇ ਬੱਚਾ ਜਿਹੜਾ ਸੁੱਟਿਆ ਸੀ ਨਾ ਉੱਥੇ ਬਲੱਡ ਬਲੂਡ ਆਇਆ ਸੀ ਮਾਜ ਰਾਤ ਹੀ ਬੰਦਾ ਕੋਈ ਨਹੀਂ ਸੁਣਦਾ ਰਾਤ ਬਲੱਡ ਵਾਹ ਭਾਈ ਲੱਗਦਾ ਆਇਆ ਹੋਇਆ ਇਹਨੇ ਦਰਾਓ ਨਾ ਭਾਈ ਮੈਂ ਦੱਸ ਰਿਹਾ ਤੁਹਾਨੂੰ ਇਹ ਜਿਹੜੀ ਚੀਜ਼ ਹੈ ਨਾ ਖਲ ਤੇ ਜ਼ਰੂਰੀਆਂ ਪੈ ਗਈਆਂ ਗਰਾਊਂਡ ਚਾਚੇ ਮੈਂ ਵੀ ਨਾ ਤਕਰੀਬਨ ਦਿਹਾੜੀ ਦੇ ਵਿੱਚ 5-7 ਡੰਗਰਾਂ ਦੇ ਪਿੱਛੇ ਚੜਾਉਣਾ ਵਾ ਸੱਜਰ ਸੂਈਆਂ ਮੱਝਾਂ ਲੇਕਿਨ ਇਹ ਅਲਹਮਦੁਲਿਲਾ ਬੜਾ ਕਾਮਯਾਬ ਪਿੱਛਾ ਰਹਿ ਜਾਂਦਾ ਜਾਨਵਰ ਦਾ ਔਰ ਇੱਕ ਹੀ ਦਫ਼ਾ ਦੇ ਨਾਲ ਹੀ ਜਾਨਵਰ ਕਵਰ ਹੋ ਜਾਂਦਾ ਦੁਬਾਰਾ ਲੋਕ ਅਕਸਰ 5 ਗ੍ਰਾਮ ਦਾ ਟੀਕਾ ਜਾਂ ਆਮ ਐਂਟੀਬਾਇਓਟਿਕ ਨਾਲ ਹੀ ਕਵਰ ਕਰ ਲੈਂਦੇ ਨੇ ਔਰ ਇੱਕ ਹੀ ਖੁਰਾਕ ਦੇ ਨਾਲ ਕਲੀਅਰ ਹੋ ਜਾਂਦਾ ਇਹ ਹੋਇਆ ਅਸਲ ਜੇ ਆ ਇਹ ਕਿਤੇ ਪਿੱਛਾ ਚੜਾਉਣ ਲੱਗੇ ਨਾ ਪਿੱਛਾ ਬੜ ਗਏ ਸ਼ੁਕਰ ਹੈ ਪਿੱਛਾ ਜਿਹੜਾ ਨਾ ਪਿੱਛਾ ਜਿਹੜਾ ਨਾ ਉਹਨੂੰ ਕੋਈ ਡਾਕਟਰ ਨੇ ਵੀ ਚੈੱਕ ਕੀਤਾ ਮੈਂ ਵੀ ਵੇਖਿਆ ਸਾਰਾ ਨਹੀਂ ਜਦੋਂ ਡਾਕਟਰ ਨੇ ਪਿੱਛਾ ਜਿਹੜਾ ਲੰਮਾ ਹੈਗਾ ਸੀ ਬਟਨ ਵਾਲਾ ਸੀ ਜਾਂ ਗੋਲ ਸੀ ਪੂਰੀ ਬੱਚੇ ਤਾਂ ਨਹੀਂ ਬਾਹਰ ਆਈ ਗੰਦ ਗੁੰਦ ਸੁੱਟਦੀ ਵੀ ਚਾਚਾ ਜੀ ਜੇ ਪਿੱਛਾ ਚੜਾਉਣ ਤੋਂ ਬਾਅਦ ਮੂੰਹ ਮੈਂ ਮਾਰਦੀ ਨੀ ਪੱਠੇ ਨੂੰ ਦਿਹਾੜੀ ਨਾਲ ਅੱਜ ਟੀਕੇ ਕਿਹੜੇ ਲੱਗੇ ਨੇ ਕੋਈ ਯਾਦ ਹੈ ਕੁਛ ਚਲੀ ਟੀਕੇ ਲਾਏ ਨੇ ਮੈਂ ਉਹਨਾਂ ਨੂੰ ਦਿੱਤਾ ਉਹ ਸ਼ਾਮੀ ਲਾਚੀਆਂ ਤੇ ਸੁੰਡ ਤੇ ਮੇਨ ਟੀਕਾ ਵੱਡਾ ਪੀਪੀਐਸ ਲੱਗਾ ਇਹਨੂੰ ਪੀਪੀਐਸ ਲਾ ਦੇ ਪਹਿਲਾਂ 50 ਸੀਸੀ ਲੱਗੇ ਥੋੜੀ ਟੋਰ ਕੇ ਭਾਈ ਚੱਕ ਕਰਾਂ ਤੇਰਾ ਕੋਈ ਡੋਲਾ ਤੇ ਨਹੀਂ ਆਈ ਹੁਣ ਤਾਂ ਕੋਈ ਬਿਹਤਰ ਹੈ ਕਿ ਮੈਂ ਇਹਦੇ ਲੱਤਾਂ ਦੇ ਵਿੱਚ ਨਾ ਆਸਰਾ ਕੋਈ ਮੈਂ ਹੀ ਚੱਕ ਕਰਨਾ ਵੀ ਕਿ ਥੋੜੇ ਟੋਰ ਕੇ ਚੱਕ ਕਰਾਂ ਤੇਰਾ ਨਹੀਂ ਇੱਥੇ ਬੜਾ ਜਿਹਾ ਲਾ ਲਓ ਕੋਈ ਗੱਲ ਨਹੀਂ ਇੱਥੇ ਪਤਾ ਲੱਗ ਜਾਂਦਾ ਲੰਮੀ ਨਾ ਟੋਰੋ ਪਿਆ ਇੱਥੇ ਥੋੜ੍ਹੀ ਚੱਲੇਗੀ ਪਤਾ ਚੱਲ ਜਾਏਗਾ ਅੱਜ ਦੀ ਡੇਟ ਜੇ ਜਾਂ ਕੱਲ੍ਹ ਦੀ ਡੇਟ ਜੇ ਕੋਈ ਟ੍ਰਿਪ ਟੁਪ ਲੱਗੀ ਹੋਵੇ ਟ੍ਰਿਪ ਲੱਗੀ ਨਹੀਂ ਲੱਗੀ
ਡਾਕਟਰ ਸ਼ਬੀਰ ਨੇ ਲਾਈ ਹੈ ਜਦੋਂ ਪਹਿਲੇ ਦਿਨ ਹੀ ਮੈਂ ਨਸਾਂ ਦੇ ਕੋਈ ਤਰੇਲੇ ਦੁਪਹਿਰੇ ਮੈਂ ਦੇ ਨਸਾਂ ਦੇ ਤਰੇਲੀ ਹੈਗੀ ਸੀ ਹੁਣ ਅਸੀਂ ਅੱਗ ਵੀ ਇਹਦੇ ਲਾਗੇ ਬਥੇਰੀ ਭਾਈ ਦੇ ਕੋਈ ਕੱਪੜਾ ਚੜਾਇਆ ਇਹਨੂੰ ਬੁੱਲਾ ਜਿਹਾ ਕੋਈ ਵਿਗੜ ਗਿਆ ਸੀ ਪੰਜ ਛੇ ਦਿਨ ਚਾਰ ਪੰਜ ਦਿਨ ਹੋ ਗਿਆ ਬੁੱਲਾ ਵੱਜਣ ਨੂੰ ਮੈਂ ਸ਼ਰਟ ਨਹੀਂ ਹੋ ਰਹੀ ਅੱਛਾ ਅੱਛਾ ਹੋਈ ਕੋ ਬੇਦਰ ਅੱਲਾ ਖੈਰ ਅੱਜ ਪੱਠੇ ਪੁੱਠੇ ਮੈਂ ਖਾਂਦੀ ਹੈ ਮੈਂ ਦੁੱਧ ਸੁੱਕ ਗਈ ਮੇਰੇ ਕੋਲ ਮੈਂ ਉਹਨੂੰ ਰਾਤੀ ਦਿੱਤਾ ਨਾ ਸ਼ਾਮੀ ਆ ਖੋਲੋ ਭਾਈ ਚਿੱਕੀ ਫਟਾਫਟ ਖੋਲ ਦੀ ਭਾਈ ਮਾਸ਼ਾਅੱਲਾ ਰਿਜ਼ਲਟ ਸ਼ੁਰੂ ਹੋ ਗਿਆ ਜਾਣਾ ਬਸ ਰੱਸੀ ਦੀ ਵਜ੍ਹਾ ਕਰਕੇ ਬੰਦ ਹੋ ਗਿਆ ਆ ਜਾਂਦਾ ਇਨਸ਼ਾਅੱਲਾ ਤਾਂ ਕਿਉਂ ਨਹੀਂ ਕਰਨਾ ਹੀ ਕਰਨਾ ਇਹਨੇ ਅਸਲ ਜੇ ਨੋਵਾ ਲਾਈਫ ਮੈਲਫੋਰ ਸੀ ਜਿਹੜੀ ਨਾ ਡੰਗਰ ਦੇ ਜਿਸਮ ਦੇ ਵਿੱਚ ਇੱਕ ਨਵੀਂ ਜ਼ਿੰਦਗੀ ਨਵੀਂ ਜਾਨ ਪੈ ਜਾਂਦੀ ਜਾਨਵਰ ਦੇ ਜਿਹੜੇ ਅੰਦਰੋਂ ਵਿਟਾਮਿਨ ਸੈਲਸ ਜਿਹੜੇ ਘਟੇ ਹੁੰਦੇ ਨੇ ਪੂਰੇ ਹੋ ਜਾਂਦੇ ਨੇ ਕੈਲਸ਼ੀਅਮ ਪੂਰਾ ਹੋ ਜਾਂਦਾ ਫਾਸਫਰਸ ਪੂਰਾ ਹੋ ਜਾਂਦਾ ਬੁਖਾਰ ਬੜਾ ਬੁਖਾਰ ਹੈ ਜਿੱਥੇ 103 ਇਸ਼ਾਰੀਆ ਤੇ 4 ਦੇ ਆਪਣੇ ਖਲਾ ਬੁਖਾਰ 104 ਦੇ ਬੁਖਾਰ ਬਿਲਕੁਲ ਬਿਲਕੁਲ ਮੈਂ ਬੁੱਲਾ ਕਿਵੇਂ ਨਹੀਂ ਜਾਵੇ ਟੈਲੋ 20 ਐਮ ਐਲ ਐਕਸੀ ਫਿਰ 10 ਐਮ ਐਲ ਰੈਡਿਕ 10 ਐਮ ਐਲ ਸੋਲੋ ਮੈਂ 10 ਐਮ ਐਲ ਫਿਊਟਿਕ 10 ਐਮ ਐਲ ਔਰ ਨੋਵਾ ਲਾਈਫ 250 ਐਮ ਐਲ ਮਿਲਫਰ ਸੀ ਕਿਤਨੇ ਐਮ ਐਲ ਡਾਲ ਦਿੱਤੇ ਆਪਣੇ 400 ਐਮ ਐਲ 400 ਐਮ ਐਲ ਠੀਕ ਹੈ ਔਰ ਰਿੰਗਰ ਰਿੰਗਰ 2 ਫਲੂਟ ਦੀ ਹੈ 400 ਐਮ ਐਲ